ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲੋਕੇਸ਼ ਮਹਿਤਾ ਇਮੀਗ੍ਰੇਸ਼ਨ ਲਾਂਚ ਵੀਜ਼ਾ ਸਰਵਿਸਿਸ ਤੋਂ, ਅਤੇ ਅੱਜ ਇੱਕ ਓਪਨ ਵਰਕ ਪਰਮਿਟ ਸਕਸੈਸ ਸਟੋਰੀ ਲੈ ਕੇ ਆਇਆ, ਅਤੇ ਅੱਜ ਸਾਡੇ ਨਾਲ ਨੇ ਮਿਸਟਰ ਵਿਸ਼ਾਲ ਬੈਂਸ ਜੋ ਕਿ ਗੁਰਦਾਸਪੁਰ ਤੋਂ ਹੈਗੇ ਆ। ਇਹਨਾਂ ਦਾ ਓਪਨ ਵਰਕ ਪਰਮਿਟ ਗ੍ਰਾਂਟ ਹੋਇਆ, ਅਤੇ ਇਹਨਾਂ ਦੇ ਵਾਈਫ ਹੈਗੇ ਆ ਕੋਸਟ ਮਾਊਂਟੇਨ ਕਾਲਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਅਤੇ ਇਹਨਾਂ ਦੇ ਕੇਸ ਦੇ ਵਿੱਚ ਬਹੁਤ ਕੰਪਲੀਕੇਸ਼ਨ ਸੀਗੀਆਂ ਸਾਡੇ ਲਈ, ਇਹਨਾਂ ਦਾ ਕੇਸ ਬਹੁਤ ਹੀ ਜ਼ਿਆਦਾ ਚੈਲੇਂਜਿੰਗ ਸੀਗਾ, ਬਿਕੋਜ਼ ਇਹਨਾਂ ਦੀ ਪ੍ਰੀਵੀਅਸ ਇੱਕ ਰਿਫਿਊਜ਼ਲ ਸੀਗੀ ਕੇਸ ਦੇ ਵਿੱਚ, ਅਤੇ ਸੈਕਿੰਡਲੀ ਯੂਕੇ ਕਾਫੀ ਟਾਈਮ ਓਵਰਸਟੇ ਕਰਕੇ ਆਏ ਸੀਗੇ, ਅਪਰੋਕਸੀਮੇਟਲੀ 7 ਸਾਲ ਯੂਕੇ ਰਹਿ ਕੇ ਆਏ ਸੀਗੇ। ਅਤੇ ਬਾਕੀ ਆਪਾਂ ਵਿਸ਼ਾਲ ਤੋਂ ਜਾਣਦੇ ਹਾਂ ਇਹਨਾਂ ਦੇ ਰਿਵਿਊਜ਼ ਸਾਡੀ ਕੰਪਨੀ ਬਾਰੇ, ਅਤੇ ਇਹਨਾਂ ਦਾ ਓਵਰਆਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਸੋ ਵਿਸ਼ਾਲ, ਫਸਟ ਆਫ ਆਲ ਆਈ ਵੁੱਡ ਲਾਈਕ ਟੂ ਕੰਗਰੈਚੁਲੇਟ ਫਾਰ ਯੂਰ ਵੀਜ਼ਾ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਐਂਡ ਦਿਸ ਇਜ਼ ਯੂਰ ਵੀਜ਼ਾ ਕਾਪੀ। ਸੋ ਯੂ ਹੈਵ ਰਿਵਿਊਜ਼ ਇਨ ਦ ਹਾਊ ਵੀਜ਼ਾ ਕਾਪੀ। ਸੋ ਵਿਸ਼ਾਲ, ਪਹਿਲਾਂ ਤਾਂ ਦੱਸੋ ਤੁਹਾਡੇ ਕੇਸ ਦੇ ਵਿੱਚ ਕੀ ਕੀ ਕੰਪਲੀਕੇਸ਼ਨ ਸੀਗੀਆਂ, ਕੀ ਕੀ ਡਾਊਟ ਸੀ ਜੋ ਤੁਸੀਂ ਸਾਡੇ ਕੋਲ ਵਿਜ਼ਿਟ ਕੀਤੀ? ਸਰ, ਫਸਟ ਆਫ ਆਲ ਮੇਰੀ ਇੱਕ ਪ੍ਰੀਵੀਅਸ ਹਿਸਟਰੀ ਹੈਗੀ ਹੈ, ਬਿਕੋਜ਼ ਮੈਂ 7 ਈਅਰਸ ਯੂਕੇ ਰਿਹਾ ਐਂਡ ਆਈ ਵਾਸ ਓਵਰਸਟੇਡ ਓਵਰ ਦੇਅਰ। ਸੈਕਿੰਡ, ਮੇਰੀ ਇੱਕ ਰਿਫਿਊਜ਼ ਸੀਗੀ ਲਾਸਟ ਈਅਰ, ਤਾਂ ਉਸ ਤੋਂ ਬਾਅਦ ਮੈਂ ਜਦੋਂ ਮੇਰੀ ਰਿਫਿਊਜ਼ ਆ ਗਈ, ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਆਈ ਸਰਚ ਔਨ ਦਾ ਇੰਟਰਨੈਟ ਰਿਗਾਰਡਿੰਗ ਦ ਸਰ ਮਿਸਟਰ ਜਤਿਨ ਸਹਾਨੀ ਹੂ ਇਜ਼ ਅ IRCC ਮੈਂਬਰ, ਅਤੇ ਉਹਨਾਂ ਬਾਰੇ ਮੈਂ ਸਾਰਾ ਸਰਚ ਕੀਤਾ। ਦੈਨ ਆਈ ਕੇਮ ਟੂ ਯੂਰ ਆਫਿਸ, ਮੈਂ ਇੱਥੇ ਵਿਜ਼ਿਟ ਕੀਤਾ, ਤੁਹਾਨੂੰ ਇੱਥੇ ਮਿਲਿਆ, ਤਾਂ ਉਸ ਤੋਂ ਬਾਅਦ ਮੈਨੂੰ ਸਾਰਾ ਤੁਹਾਨੂੰ ਆਪਣੀ ਪ੍ਰੋਫਾਈਲ ਦੱਸੀ, ਮੈਂ ਆਪਣੀ ਸਾਰੀ ਜੋ ਵੀ ਹੈਗੀ ਆ ਕਿ ਲਾਈਕ ਮੇਰੀ ਇਹ ਹਿਸਟਰੀ ਹੈਗੀ ਆ, ਅਤੇ ਇਹ ਮੇਰੀ ਪ੍ਰੀਵੀਅਸ ਰਿਫਿਊਜ਼ਲ ਸੀਗੀ। ਅਤੇ ਦੈਨ ਉਸ ਤੋਂ ਬਾਅਦ ਤੁਸੀਂ ਮੈਨੂੰ ਕਾਫੀ ਐਫਰਟ ਕੀਤੇ, ਅਤੇ ਮੈਨੂੰ ਮੇਰਾ ਵੀਜ਼ਾ ਗ੍ਰਾਂਟ ਹੋ ਗਿਆ ਲਾਈਕ ਆਫਟਰ ਇੰਟਰਵਿਊ। ਤੇ ਯਾਰ, ਜਦੋਂ ਤੁਸੀਂ ਸਾਡੇ ਕੋਲ ਵਿਜ਼ਿਟ ਕੀਤਾ ਤੇ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਗਏ ਸੀ? ਐਵਰੀਥਿੰਗ ਵਾਸ ਕਲੀਅਰ। ਯੂ ਐਂਡ ਗਾਇਤਰੀ ਮੈਮ ਐਂਡ ਰੀਤੂ ਮੈਮ ਐਂਡ ਮਿਸਟਰ ਜਤਿਨ ਸਰ, ਯੂ ਗਾਈਜ਼ ਹੈਲਪ ਮੀ ਆਊਟ ਅ ਲੋਟ। ਤੁਸੀਂ ਮੇਰੇ ਲਈ ਬਹੁਤ ਜ਼ਿਆਦਾ ਹੈਲਪਫੁਲ ਸੀਗੇ, ਤੁਸੀਂ ਮੇਰੇ ਹਰ ਇੱਕ ਡਾਊਟ ਕਲੀਅਰ ਕੀਤੇ ਸੀਗੇ ਆਨ ਟਾਈਮ। ਤੇ ਵਿਸ਼ਾਲ, ਤੁਹਾਡੀ ਇੰਟਰਵਿਊ ਕੰਡਕਟ ਕੀਤੀ ਗਈ ਸੀਗੀ ਤਾਂ ਦਿੱਲੀ ਹਾਈ ਕਮਿਸ਼ਨ ਤੋਂ, ਤੇ ਉਹਦੇ ਰਿਗਾਰਡਿੰਗ ਤੁਸੀਂ ਦੱਸੋ ਕਿ ਤੁਹਾਨੂੰ ਸਾਡੇ ਵੱਲੋਂ ਕੀ ਕੀ ਹੈਲਪ ਮਿਲੀ? ਸਰ, ਤੁਸੀਂ ਮੇਰੀ ਕਾਫੀ ਹੈਲਪ ਕੀਤੀ ਆ, ਤੁਸੀਂ ਮੈਨੂੰ ਇੰਟਰਵਿਊ ਦਾ ਜੋ ਵੀ ਕੁਐਸਚਨ ਹੈਗਾ ਸੀਗੇ ਸਾਰੇ ਪ੍ਰਪੇਅਰ ਕਰਵਾਏ, ਜੋ ਵੀ ਮੇਰੀ ਪ੍ਰੀਵੀਅਸ ਹਿਸਟਰੀ ਉਹਦੇ ਬਾਰੇ ਸਾਰਾ ਕੁਝ ਦੱਸਿਆ, ਮੈਨੂੰ ਕਿੱਦਾਂ ਕੀ ਆਨਸਰਸ ਦੇਣੇ ਆ, ਕਿੱਦਾਂ ਕੀ ਕਰਨਾ ਹੈ। ਓਬਵੀਅਸਲੀ ਤੁਸੀਂ ਮੇਰੀ ਬਹੁਤ ਜ਼ਿਆਦਾ ਹੈਲਪਫੁਲ ਰਹੇ ਹੋ ਮੇਰੇ ਲਈ, ਕੁਐਸਚਨਸ ਤੁਸੀਂ ਮੈਨੂੰ ਬਹੁਤ ਜ਼ਿਆਦਾ ਪ੍ਰਿਪੇਅਰ ਕਰਵਾਇਆ। ਓਬਵੀਅਸਲੀ ਗਾਇਤਰੀ ਮੈਮ ਨੇ ਮੇਰੀ ਬਹੁਤ ਹੈਲਪ ਕੀਤੀ ਹੈ, ਓਬਵੀਅਸਲੀ ਰੀਤੂ ਮੈਮ ਨੇ ਕੀਤੀ ਹੈ, ਤੁਸੀਂ ਕੀਤੀ ਆ, ਸਰ ਉਹਦੇ ਲਈ ਤਾਂ ਉਹਦੇ ਉਹੀ ਵੀ ਹਾਫ 'ਤੇ ਮੈਨੂੰ ਲੱਗਦਾ ਕਿ ਆਪਣਾ ਇੰਟਰਵਿਊ ਕਲੀਅਰ ਕਰਕੇ ਆਇਆ। ਤੇ ਮੈਸੇਜ ਕੋਈ ਇਦਾਂ ਦਾ ਕੁਐਸਚਨ ਤੁਹਾਡੇ ਪੁੱਛਿਆ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਦੇ ਨਹੀਂ ਸਕਦਾ? ਨਹੀਂ ਸਰ, ਜੋ ਤੁਸੀਂ ਮੈਨੂੰ ਦੱਸਿਆ ਸੀਗਾ ਨਾ ਸਾਰਾ ਕੁਝ ਹੋਈ ਸੀਗਾ ਤੇ ਸਾਡਾ ਇਹ ਜਿਹੜੇ ਹੈਡ ਆਫਿਸ ਹੈਗਾ ਕੈਨੇਡਾ ਦੇ ਵਿੱਚ, ਹਾਂਜੀ, ਉੱਥੋਂ ਤੁਹਾਨੂੰ ਪ੍ਰੈਪਰੇਸ਼ਨ ਹੋ ਰਹੀ ਸੀ ਇੰਟਰਵਿਊ? ਹਾਂਜੀ, ਐਵਰੀ ਲਾਈਕ ਜਦੋਂ ਵੀ ਮੈਂ ਕਾਲ ਕਰਦਾ ਸੀਗਾ ਗਾਇਤਰੀ ਮੈਮ ਨੂੰ, ਮੈਨੂੰ ਸਟ੍ਰੇਟ ਅਵੇ ਆਨਸਰ ਮਿਲਦਾ ਸੀਗਾ, ਜਿੰਨੀ ਦੇਰ ਤੱਕ ਮੈਂ ਉਹਨੂੰ ਪੁੱਛਦਾ ਸੀਗਾ ਮੇਰੇ ਡਾਊਟ ਪੂਰੇ ਕਲੀਅਰ ਕਰਦੀ ਸੀਗੀ ਉੱਥੇ ਉਹ, ਤੇ ਮੈਂ ਬਿਲਕੁਲ ਹੈਪੀ ਸੀਗਾ ਕਿ ਹਾਂ ਵੀ ਐਂਡ ਆਫ ਦਾ ਡੇ ਆ ਕੇ ਆਈ ਗੋਟ ਮਾਈ ਵੀਜ਼ਾ ਥਰੂ ਯੂ ਗਾਇਸ। ਸੋ ਵਿਸ਼ਾਲ, ਤੁਸੀਂ ਸਾਡੇ ਵਿਊਜ਼ ਦੇ ਕੋਈ ਰਿਕਮੈਂਡੇਸ਼ਨ ਦੇਣਾ ਚਾਹੋਗੇ ਜੀ? ਸਰ, ਮੇਰੀ ਰਿਕਮੈਂਡੇਸ਼ਨ ਇਹੀ ਹੈ ਕਿ ਮਿਸਟਰ ਜਤਿਨ ਸਾਹਨੀ ਹੂ ਇਜ਼ ਦਾ ICCRC ਮੈਂਬਰ ਓਬਵੀਅਸਲੀ, ਤੇ ਮੈਂ ਚਾਹੁੰਦਾ ਕਿ ਜਿੰਨੇ ਵੀ ਵਿਊਅਰਸ ਦੇਖ ਰਹੇ ਆ ਵੀਡੀਓ ਨੂੰ, ਮੇਰੀ ਇਹੀ ਹਰ ਇੱਕ ਦੀ ਅੱਗੇ ਲਾਈਕ ਇਹੀ ਰਿਕਮੈਂਡੇਸ਼ਨ ਹੈਗੀ ਹੈ ਕਿ ਇਹਨਾਂ ਨੂੰ ਆਣ ਕੇ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ, ਇਹਨਾਂ ਨੂੰ ਮਿਲੋ, ਇਹਨਾਂ ਦੀ ਕੁਆਲਿਟੀ ਜਾਣੋ, ਇਹ ਬਹੁਤ ਪ੍ਰੋਫੈਸ਼ਨਲਿਜ਼ਮ ਇਹਨਾਂ ਦੀ ਹੈਗੀ ਆ ਉਹ ਜਾਣੋ ਸਾਰੇ, ਤੇ ਇਹਨਾਂ ਦੇ ਜੋ ਵੀ ਇਹਨਾਂ ਦੀ ਸਾਰੀ ਹਿਸਟਰੀ ਹੈਗੀ ਹੈ ਇਹਨਾਂ ਦਾ ਸਰਚ ਕਰੋ, ਤੇ ਮੇਰੀ ਰਿਕਮੈਂਡੇਸ਼ਨ ਇਹੀ ਹੈ ਕਿ ਕਮ ਟੂ ਦੈਮ ਐਂਡ ਯੂ ਨੋ ਗੈਟ ਯੂ ਵੀਜ਼ਾ, ਬਿਕੋਜ਼ ਦੇ ਆਰ ਦਾ ਪ੍ਰੋਫੈਸ਼ਨਲ। ਥੈਂਕ ਯੂ ਸੋ ਮਚ ਫਾਰ ਹੈਵਿੰਗ ਟਰਸਟ ਔਨ ਅਸ ਐਂਡ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ। ਸੋ ਇਹ ਸੀਗਾ ਮਿਸਟਰ ਵਿਸ਼ਾਲ ਗੁਰਦਾਸਪੁਰ ਤੋਂ, ਜਿਹੜਾ ਦਾ ਇੱਕ ਡ੍ਰੀਮ ਪੂਰਾ ਹੋਇਆ ਫਰੋਮ ਦਾ ਇਮੀਗ੍ਰੇਸ਼ਨ ਲਾਂਚ ਦੇ ਥਰੂ। ਅਤੇ ਦੂਸਰੀ ਚੀਜ਼, ਮੈਂ ਵੀ ਆਪਣੇ ਵਿਊਜ਼ ਨੂੰ ਇਹੀ ਕਹਿਣਾ ਚਾਹੁੰਦਾ, ਤੁਹਾਡੇ ਮਨ 'ਚ ਵੀ ਕੋਈ ਡਾਊਟ ਹੈ, ਤੁਹਾਡੀ ਵੀ ਕੋਈ ਪ੍ਰੀਵੀਅਸ ਰਿਫਿਊਜ਼ਲ ਹੈ, ਤੋ ਡੋਂਟ ਹੈਜੀਟੇਟ, ਵਿਜ਼ਿਟ ਅਸ, ਅਤੇ ਆਪਾਂ ਤੁਹਾਨੂੰ ਹੈਲਪ ਆਊਟ ਕਰਾਂਗੇ। ਬਿਕੋਜ਼ ਇਹਨਾਂ ਦੇ ਕੇਸ ਦੇ ਵਿੱਚ ਬਹੁਤ ਜ਼ਿਆਦਾ ਕੰਪਲੀਕੇਸ਼ਨ ਸੀਗੀਆਂ, ਯੂਕੇ ਓਵਰਸਟੇ ਸੀਗਾ, ਰਿਫਿਊਜ਼ਲ ਸੀਗੀ, ਇੰਟਰਵਿਊ ਸੀਗੀ, ਅਸੀਂ ਸਾਰਿਆਂ ਨੂੰ ਓਵਰਕਮ ਕਰਕੇ ਆਫਟਰ ਆਲ ਵੀ ਗੋਟ ਦਾ ਸਕਸੈਸ। ਥੈਂਕ ਯੂ ਸੋ ਮਚ।